ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜੀਤ ਕੌਰ ਹੈ, ਮੋਗਾ ਦੇ ਮੈਂ ਰਹਿਣ ਵਾਲੀ ਹਾਂ। ਮੇਰਾ ਬਹੁਤ ਮੋਟਾਪਾ ਮੈਨੂੰ ਬਹੁਤ ਆ ਗਿਆ ਸੀ, 1 ਕੁਇੰਟਲ 18 ਕਿਲੋ ਮੇਰਾ ਭਾਰ ਹੋ ਗਿਆ। ਮੈਂ ਬਹੁਤ ਤੰਗ ਸੀ, ਤੁਰਨਾ ਮੈਨੂੰ ਔਖਾ ਹੋ ਗਿਆ। ਮੇਰੀ ਬੇਟੀ ਨੇ ਪਹਿਲਾਂ ਕਰਾਇਆ ਆਪਰੇਸ਼ਨ, ਉਹਨਾਂ ਆਖਿਆ ਮੰਮੀ ਤੁਸੀਂ ਵੀ ਕਰਾ ਲਓ, ਕਿਉਂ ਮੈਂ ਬਹੁਤ ਸੌਖੀ ਹਾਂ। ਵੀ ਮੈਂ ਵੀ ਆਪਦਾ ਹੁਣ ਆਪ ਹੀ ਲਾਉਣੇ, ਕੰਮ ਵਾਲੀ ਲਾਸ਼ਣ ਨਹੀਂ, ਆਪ ਤਾਂ ਉਹਨਾਂ ਦਾ ਕੰਮ ਨਹੀਂ ਸੀ ਹੁੰਦਾ, ਹੁਣ ਉਹ ਸਾਰਾ ਕੰਮ ਆਪ ਕਰਦੇ ਨੇ। ਮੈਨੂੰ 2 ਮਹੀਨੇ ਹੋਏ ਕਿਰਾਏ ਨੂੰ, ਅਤੇ ਮੈਂ ਵੀ ਦੀਦਾ ਮੈਨੂੰ ਕੋਈ ਤਕਲੀਫ ਨਹੀਂ। ਮੇਰਾ 18 ਕਿਲੋ ਭਾਰ ਘੱਟ ਗਿਆ, ਅਤੇ ਦੀਦਾ ਹੁਣ ਮੈਂ ਬਿਲਕੁਲ ਸਹੀ ਹਾਂ। ਹੁਣ ਮੈਂ ਦਵਾਈ ਲੈਣ ਆਈ ਹਾਂ, ਮੈਨੂੰ ਵੈਸੇ ਮੈਨੂੰ ਇੰਨੀ ਤਕਲੀਫ ਕੋਈ ਨਹੀਂ ਸੀ, ਮੈਂ ਚੈੱਕ ਕਰਾਉਣੀ ਆਈ ਹਾਂ ਵੀ ਮੈਨੂੰ ਕੋਈ ਬਦਲ ਕੇ ਦਵਾਈ ਦੇਣੀ ਹੋਵੇ, ਡਾਕਟਰ ਸਾਹਿਬ ਨੇ ਤਾਂ ਚੱਲ ਦਿੱਤੀ ਹੈ। ਮੇਰਾ ਨਾਂ ਸੰਤੋਖ ਸਿੰਘ ਹੈ, ਮੈਂ ਮੋਗਾ ਦਾ ਰਹਿਣ ਵਾਲਾ ਹਾਂ, ਅਤੇ ਮੇਰੇ ਵਾਈਫ ਦਾ ਮੋਟਾਪੇਪਨ ਦਾ ਆਪਰੇਸ਼ਨ ਕਰਵਾਇਆ। ਇਸ ਤੋਂ ਪਹਿਲਾਂ ਮੈਂ ਆਪਣੀ ਲੜਕੀ ਦਾ ਅੱਜ ਤੋਂ 2 ਸਾਲ ਪਹਿਲਾਂ ਵੀ ਆਪਰੇਸ਼ਨ ਕਰਵਾਇਆ ਸੀ, ਇਸੇ ਡਾਕਟਰ ਸਾਹਿਬ ਡਾਕਟਰ ਅਮਿਤ ਸੂਦ ਜੀ ਜਿਹੜੇ ਬਹੁਤ ਵਧੀਆ ਡਾਕਟਰ ਨੇ, ਅਤੇ ਇਹਨਾਂ ਤੋਂ ਆਪਰੇਸ਼ਨ ਕਰਵਾਇਆ, ਉਹ ਆਪਰੇਸ਼ਨ ਸਫਲ ਰਿਹਾ। ਉਹਨਾਂ ਦਾ ਭਾਰ ਵੀ ਕਰੀਬ 60-65 ਕਿਲੋ ਘੱਟ ਗਿਆ, ਅਤੇ ਆਪ ਵੀ ਤੰਦਰੁਸਤ ਰਹਿੰਦੇ ਨੇ। ਅੱਗੇ ਬਿਲਕੁਲ ਵੀ ਉਹਨਾਂ ਤੋਂ ਕੰਮ ਨਹੀਂ ਸੀ ਹੁੰਦਾ, ਹੁਣ ਆਪ ਘਰ ਦਾ ਕੰਮ ਕਾਰ ਕਰੀਬ ਥੱਲੇ ਪੋਚੇ ਲਾਉਣ ਤੱਕ ਵੀ ਕੰਮ ਕਰਦੇ ਆ ਉਹਨਾਂ ਨੂੰ ਕੋਈ ਤਕਲੀਫ ਨਹੀਂ। ਇਸੇ ਤਰ੍ਹਾਂ ਮੇਰੀ ਵਾਈਫ ਹੈ, ਇਹਦਾ ਵੀ ਆਪਰੇਸ਼ਨ ਅੱਜ ਤੋਂ 2 ਮਹੀਨੇ ਪਹਿਲਾਂ ਲਗਭਗ 15 ਮਾਰਚ ਨੂੰ ਕਰਾਇਆ ਸੀ। ਜੋ ਦਵਾਈ ਲੈਣ ਤੋਂ ਆਪਰੇਸ਼ਨ ਬਿਲਕੁਲ ਠੀਕ ਰਿਹਾ, ਆਪਰੇਸ਼ਨ ਹੋਣ ਉਪਰੰਤ ਵੀ ਇਹਨਾਂ ਦੇ ਹਰਨੀਆਂ ਸੀ, ਉਸਦਾ ਵੀ ਆਪਰੇਸ਼ਨ ਕਰਾਇਆ ਅਤੇ ਉਹ ਵੀ ਸਫਲ ਰਿਹਾ। ਅੱਜ ਇਹ ਬਿਲਕੁਲ ਠੀਕ ਹੈ, ਦਵਾਈ ਤਾਂ ਲਗਭਗ ਲੈਣੀ ਹੈ, ਦਵਾਈ ਲੈ ਰਹੇ ਨੇ, ਹੁਣ ਠੀਕ ਹੈ। ਉਸ ਤੋਂ ਬਾਅਦ ਕੰਮ ਕਾਰ ਵੀ ਤੁਰਦੇ ਫਿਰਦੇ ਵੀ ਹੈ, ਪਹਿਲਾਂ ਇਹਨਾਂ ਤੋਂ ਬਿਲਕੁਲ ਹੀ ਤੁਰਿਆ ਜਾਂਦਾ ਨਹੀਂ ਸੀ, ਘਰੇ ਘਰੇ ਵੀ ਤੁਰਿਆ ਨਹੀਂ ਸੀ ਜਾਂਦਾ, ਹੁਣ ਇਹ ਬਾਹਰ ਵੀ ਗਲੀ 'ਚ ਵੀ ਬਾਹਰ ਜਾ ਕੇ ਤੁਰ ਫਿਰ ਆਉਂਦੇ ਹੈ, ਅਤੇ ਇਹ ਠੀਕ ਨੇ। ਮੈਂ ਇਹ ਡਾਕਟਰ ਸਾਹਿਬ ਦਾ ਧੰਨਵਾਦ ਕਰਦਾ ਐਂਡ ਸਟਾਫ ਦਾ। ਅੱਜ ਵੀ ਅਸੀਂ ਇਹ ਚੈੱਕ ਕਰਾਉਣ ਆਏ ਸੀਗੇ, ਇਹਨਾਂ ਦਾ ਭਾਰ 2 ਮਹੀਨਿਆਂ ਵਿੱਚ 17 ਕਿਲੋ ਘੱਟ ਗਿਆ। ਆਪਰੇਸ਼ਨ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਨਾਲ ਰਾਏ ਕੀਤੀ, ਡਾਕਟਰ ਸਾਹਿਬ ਨੇ ਸਾਨੂੰ ਮਤਲਬ ਮੇਰੀ ਵਾਈਫ ਦੇ ਸਾਰੇ ਟੈਸਟ ਕਰਾਉਣ ਲਈ ਕਿਹਾ, ਸਾਰੇ ਟੈਸਟ ਅਸੀਂ ਹਾਰਟ ਤੱਕ ਸਾਰੇ ਟੈਸਟ ਕਰਾਏ ਜੋ ਠੀਕ ਪਾਏ ਗਏ। ਉਸ ਤੋਂ ਬਾਅਦ ਆਪਰੇਸ਼ਨ ਜਿਹੜਾ ਉਹ 65 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਆਪਰੇਸ਼ਨ ਕੀਤਾ ਗਿਆ, ਆਪਰੇਸ਼ਨ ਸਫਲ ਰਿਹਾ। ਇਸੇ ਦੌਰਾਨ ਪਹਿਲਾਂ ਇਹਨਾਂ ਨੂੰ ਸਾਹ ਚੜ੍ਹਦਾ ਸੀ, ਸ਼ੂਗਰ ਦੀ ਬਿਮਾਰੀ ਸੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਸੀ, ਜਿਹਦੀਆਂ ਇਹ ਦਵਾਈਆਂ ਗੋਲੀਆਂ ਵਗੈਰਾ ਲੈ ਰਹੇ ਸੀ, ਅਤੇ ਹੁਣ ਇਹਨਾਂ ਨੂੰ ਨਾ ਤਾਂ ਬਲੱਡ ਪ੍ਰੈਸ਼ਰ ਹੈ ਨਾ ਇਹਨਾਂ ਨੂੰ ਸਾਹ ਚੜ੍ਹਦਾ, ਇਹ ਬਿਲਕੁਲ ਠੀਕ ਨੇ। ਮੈਂ ਇਸ ਡਾਕਟਰ ਸਾਹਿਬ ਐਂਡ ਸਟਾਫ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਬਹੁਤ ਵਧੀਆ ਸਾਨੂੰ ਡੀਲ ਕੀਤਾ। ਇਹਨਾਂ ਦੀ 65 ਸਾਲ ਦੀ ਉਮਰ ਦੇ ਹਿਸਾਬ ਨਾਲ ਮੈਂ ਜਨਤਾ ਨੂੰ ਵੀ ਅਪੀਲ ਕਰਨਾ ਚਾਹੁੰਦਾ, ਏਜ ਨਾ ਵੇਖਣ, ਆਪਦਾ ਮੋਟਾਪਾ ਬੰਦਾ ਮੋਟਾਪੇ ਦੇ ਹਿਸਾਬ ਨਾਲ ਇਲਾਜ ਕਰਾਉਣ। ਜਿਹੜਾ ਇਹਦਾ ਆਪਰੇਸ਼ਨ ਹੈ ਇਹ ਸਫਲ ਹੈ, ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਵੀ ਤਕਲੀਫ ਨਹੀਂ ਆਉਂਦੀ। ਮੈਂ ਫਿਰ ਡਾਕਟਰ ਸਾਹਿਬ ਦਾ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਉਪਰਾਲਾ ਕਰਕੇ ਇਹ ਸਾਨੂੰ ਮੋਟਾਪੇ ਬੰਦ ਤੋਂ ਬਚਾਇਆ। ਥੈਂਕਸ।